आकाशवाणी ਖਬਰਾਂ ਵਿਦੇਜ ਬਜਾਜ ਕੋਲਾ ਪਹਿਲੇ ਖਾਸ ਖਬਰਾਂ ਜੈਪੁਰ ਚ جاری ਪੁਲਿਸ ਦੇ ਮਹਾਨ ਨਿਰਦੇਸ਼ਕ ਅਤੇ ਮਹਾਨ ਨਿਰੀਖਕ ਦੇ ਕੁਲਪਾਰਟੀ ਸੰਮੇਲਨ ਚ ਪੁਲਿਸ ਬਲੈਂ ਦੇ ਕੰਮਕਾਜ ਤੇ ਅੰਦਰੂਨੀ ਸੁਰੱਖਿਆ ਲਈ ਕਈ ਮਾਮਲੇ ਪਰ ਚਰਚਾ ਕੀਤੀ ਜਾ ਕਰਦੀ ਹੈ ਇਸਰੋ ਨੇ ਪਰ ਦੇ ਪਹਿਲੇ ਸੌਰ ਮਿਸ਼ਨ ਆਦਿੱਤਯ ਐਲ 1 ਕੀ ਆਪਣੀ ਮੰਜ਼ਲ ਤੱਕ ਅਰਪਾਈ ਹੈ ਅੱਜ ਇਤਿਹਾਸ ਰਚ ਦਿੱਤਾ ਹੈ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀਓ ਨੇ ਇਸ ਉਪਲਬਧੀ ਲਈ ਇਸਰੋ ਦੇ ਸਾਇੰਸਦਾਨ ਨੇ ਕੀ ਮੁਬਾਰਕਬਾਦ ਦਿੱਤੀ ਹੈ ਮੌਸਮ ਵਿਭਾਗ ਨੇ ਪੰਜਾਬ ਅਰਿਆਨਾ ਚੰਡੀਗੜ੍ਹ ਦਿੱਲੀ ਤੇ ਰਾਜਸਥਾਨ ਚ ਅਗਲੇ 10 ਦਿਨਾਂ ਦੌਰਾਨ ਬੜਾ ਮਤਾ ਸੀਤ ਪੌਣੇ ਦੀ پیش گوئی ਕੀਤੀ ਹੈ ਭਾਰਤੀ ਨੌਸੇਨਾ ਨੇ ਸੋਮਾਲੀਆ ਦੇ ਸਮੁੰਦਰੀ ਕੰਡੇ ਦੇ ਨੇੜੇ ਅਗਵਾ ਹੋਏ ਦੇ ਮਾਲਵਾਹਕ ਜਹਾਜ਼ ਐਮਵੀ ਲੀਲਾ ਨਾਰਫੋਕ ਦੇ ਚਾਲਕ ਦਲ ਦੇ 21 ਸਦਸਿਆਂ ਨੂੰ ਗੀ ਸੁਰੱਖਿਤ ਬਚਾਈ ਲਿਆ ਹੈ ਇੱਕ ਰਾਸ਼ਟ ਇੱਕ ਚੋਣ ਸਰਬੰਦੀ ਕਮੇਟੀ ਨੇ ਦੇਸ਼ਾਂ 'ਚ ਕਿੱਥੇ ਚੋਣ ਕਰਵਾਉਣੇ ਲਈ ਮੌਜੂਦਾ ਕਾਨੂੰਨੀ ਢਾਂਚੇ 'ਚ ਲੋੜਛ ਦੀ ਤਬਦੀਲੀਆਂ ਕਰਨੇ ਵਾਸਤੇ ਲੋਕਾਂ ਤੋਂ ਸੁਝਾਅ ਮੰਗੇਨ ਤੇ ਮਰਦਾਂ ਦੇ ਅੰਡਰ 19 ਕ੍ਰਿਕਟ 'ਚ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਜੋਹਾਨਸਬਰਗ 'ਚ ਰੋਮਾਂਚਕ ਮੁਕਾਬਲਾ ਜਾਰੀ ਹੈ ਤੇ ਹੁਣ ਪੇਸ਼ ਨ ਖਬਰਾਂ ਤਫਸੀਲ ਕਰਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਰਾਜ ਸਭਨੇ ਰਾਜੀ ਤੇ ਕੇਂਦਰ ਸ਼ਾਸਿਤ ਪ੍ਰਦੇਸ਼ੇ ਦੇ ਪੁਲਸ ਮਹਾਨ ਨਿਰਦੇਸ਼ਕਾਂ ਤੇ ਪੁਲਸ ਮਹਾਨ ਨਿਰੀਖਕਾਂ ਦੇ ਸੰਮੇਲਨ ਕੀ ਸੰਬੋਧਿਤ ਕਰਾ ਕਰਦੇ ਨ ਜਿਹਦਾ ਆਯੋਜਨ ਜੈਪੁਰ ਚ ਕੀਤਾ ਜਾ ਰਿਹਾ ਹੈ ਅੱਜ ਇਸ ਕਾਨਫਰੰਸ ਕੀ ਸੰਬੋਧਿਤ ਕਰਨੇ ਦੇ ਬਾਅਦ ਮੋਦੀ ਹੋ ਕੱਲ ਵੀ ਇੱਥੇ ਚ ਸ਼ਾਮਲ ਹੋਗਣ ਤੇ ਦੇਸ਼ ਦੀ ਸੁਰੱਖਿਆ ਬਾਰੇ ਪੁਲਸ ਅਧਿਐਕਸ਼ਣ ਕਰਨੇ ਸੋਚ ਵਿਚਾਰ ਕਰਨਗੇ ਗੱਲ ਸ਼ੁਰੂ ਹੋਏ ਤੇ ਤਰੇ ਰੋਜ਼ਾ ਇਸ ਸੰਮੇਲਨ ਦੇ ਪਹਿਲੇ ਰੋਜ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਓ ਨੇ 2014 ਦੇ ਬਾਅਦ ਮੁਲਖਿਆ ਤੇ ਪੂਰੇ ਪ੍ਰਾਂਤੇ ਸੁਰੱਖਿਆ ਅਲਾਟ ਚ ਬੇਤਰੀ ਬਾਰੇ ਲਾਤੇ ਕਿ ਦੇ ਫੈਸਲੇ ਬਾਰੇ ਵੀ ਗੱਲਬਾਤ ਕੀਤੀ ਹੀ ਕੁੱਲ ਸੰਸਾਰੀ ਸੱਤਾ ਦੇ ਇਸ ਸੰਮੇਲਨ ਚ ਪੁਲਸ ਬਲਿੰਦੇ ਕੰਮਕਾਜ ਤੇ ਮੁਲਖਿਆ ਦੀ ਅੰਦਰੂਨੀ ਸੁਰੱਖਿਆ ਲਈ ਕਈ ਮਾਮਲੇ ਪਰਚਰਚਾ ਕੀਤੀ ਜਾ ਕਰਦੀ ਹੈ ਪਰ ਤੇ ਪਹਿਲੇ ਸੂਰਜ ਮਿਸ਼ਨ ਆਦਿੱਤਿਅ ਐਲ 1 ਕੀ ਆਪਣੀ ਮੰਜ਼ਲ ਤੱਕ ਅਰਪਾਈ ਹੈ ਇਸਰੋ ਨੇ ਅੱਜ ਇੱਕ ਹੋਰ ਇਤਿਹਾਸ ਰਚ ਦਿੱਤਾ ਅੱਜ ਦੁਪਹਿਰੀ ਮਗਰੋਂ 4:00 ਵਜੇ ਇਮਿਸ਼ਨ 3,70,000 ਕਿਲੋਮੀਟਰ ਦਾ ਪੈਂਡਾ 126 ਦਿਨਾਂ ਵਿੱਚ ਤੈਅ ਕਰੀ ਹੈ ਆਪਣੇ ਲਕਸ਼ਪਰ ਪੁੱਜ ਗਿਆ ਹੈ 2023 ਚ ਚੰ드ਰੀਆਨ 3 ਦੀ ਕਾਮਯਾਬੀ ਕਰਨਾਂ ਚੰਨਾ ਤੇ ਦੱਖਣੀ ਧਰੁਵ ਪਰਤਾਰਨੇ ਦੇ ਬਾਅਦ ਇਸਰੋ ਦੀ ਇਹ ਇੱਕ ਵੱਡੀ ਉਪਲਬਧੀ ਹੈ ਰਾਸ਼ਟਰਪਤੀ ਦ੍ਰਾਉਪਦੀ ਮੁਰਮੂ ਨੇ ਆਖਿਆ ਜੇ ਇਸਰੋ ਪਾਸਿਆਂ ਹਾਸਲ ਕੀਤੀ ਗਈ ਦੀ ਇਹ ਇੱਕ ਵੱਡੀ ਤੇ ਇਤਿਹਾਸਿਕ ਉਪਲਬਧੀ ਹੈ ਇਸ ਮਹਾਨ ਉਪਲਬਧੀ ਲਈ ਰਾਸ਼ਟਰਪਤੀਓ ਨੇ ਭਾਰਤੀ ਵਿਗਿਆਨਿਕ ਸਮੁਦਾਇ ਦੀ ਮੁਬਾਰਕਬਾਦ ਦਿੱਤੀ ਹੈ प्रधानमंत्री नरेंद्र मोदी पहले सौर उपग्रह आदित्य एलवान अपने लक्ष्य पर पुजने पर सबने देशवासियों टकोद करिए वैज्ञानिकों की मुबारकबाद दी अपनी एक सोशल मीडिया पोस्ट श्री मोदी हो सबने शा कठिन अंतरिक्ष अभियान चा एक कामयाब बनाने लिए कामयाबी सैज्ञानिकों की निष्ठा समर्पण भाव की प्रतीक है ਉਨੇ ਆਖਿਆ ਜੇ ਭਾਰਤ ਸਮੂਲਚੀ ਮਨੁੱਖਤਾ ਦੀ ਭਲਾਈ ਲਈ ਨਵੇਂ લક્ષੇਬਖੀ ਅਕੜੇ ਬਦਨਾ ਬਰੋਬਰ ਜਾਰੀ ਰੱਖੋਗਾ ਵਿਗਿਆਨ ਤੇ ਟੈਕਨੋਲੋਜੀ ਮੱਖਮ ਦੇ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਉਰੇ ਆਖਿਆ ਜੇ ਇਹ ਭਾਰਤ ਲਈ ਇੱਕ ਗੌਰਵਸ਼ਾਲੀ ਪਰ ਹੈ ਕਿ ਜੇ ਆਦਿੱਤ્ય ਐਲਵਨ ਖੋਜ ਲਈ ਆਪਣੀ ਅਖੀਰੀ ਕਕਸ਼ਾ ਚ ਪੁੱਜੀ ਗਿਆ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰੋ ਨੇ ਆਖਿਆ ਜੇ 1948 ਚ ਕਸ਼ਮੀਰ ਮੁੱਦੇ ਕੀ ਸੰਯੁਕਤ ਰਾਸ਼ਟਰ ਸੁਰੱਖਿਆ ਕਾਉਂਸਲ ਚ ਲਈ ਜਾਣਾ ਇੱਕ ਵੱਡੀ ਤੇ ਬੁਨਿਆਦੀ ਗਲਤੀ ਹੀ ਤੇ ਉਨ ਦਫਤ 370 ਕੀ ਅਡਾਈ ਹੈ ਭਾਰਤ ਨੇ ਉਹ ਕਿੱਸਾ ਗੈ ਖਤਮ ਕਰੀ ਦਿੱਤਾ ਜਿਸੇ ਖੋਲਣਾ ਇੱਕ ਵੱਡੀ ਮੂਰਖਤਾ ਹੀ ਉਹਨੇ ਆਖਿਆ ਜੀ ਉਸਲੇ ਭਾਰਤ ਦੀ ਸੋਚ ਇਹ ਹੀ ਜੇ ਸੰਯੁਕਤ ਰਾਸ਼ਟਰ ਇੱਕ ਨਿਰਪੱਖ ਮੰਚ ਹੈ ਪਰ ਉਹਨੇ ਮੁਲਕਾਂ ਦੇ ਇੱਕ ਸਮੂਹ ਨੇ ਧੋਖਾ ਦਿੱਤਾ ਖ ਜਿਨੇ ਆਪਣੇ ਭੂ ਰਾਜਨੀਤਿਕ ਏਜੰਡੇ ਤੇ ਕਸ਼ਮੀਰ ਚ ਅਸੁਰੱਖਿਆ ਦੇ ਮੁੱਦੇ ਦਾ ਇਸਤੇਮਾਲ ਕੀਤਾ ਤੇਪਾਰਤ ਲਈ ਇਸੀ ਇੱਕ ਨਾਜ਼ੁਕ ਮੁੱਦਾ ਬਣਾਈ ਦਿੱਤਾ ਕੱਲ ਬੰਗਲੌਰੂ ਚ ਪੀਈਐਸ ਯੂਨੀਵਰਸਿਟੀ ਦੇ ਸਵਰਨ ਜਨਤੀ ਸਮਾਰੋਹ ਚ ਬੀਜੇਪੀ ਨੇਤਾ ਤੇਜਸਵੀ ਸੂਰਿਆਨ ਦੇਕਨ ਨੇ ਆਪਣੀ ਕਿਤਾਬ ਵਾਈ ਇੰਡੀਆ ਮੈਟਰਸ ਬਾਰੇ ਗੱਲ ਕਰਦੀ ਹੋਈ ਇਹਨੇ ਇੱਕ ਆਲਾਕੀ ਉਹਨਿਆਖਿਆ ਜੇ ਅਸ ਆਪਣੇ ਇਤਿਹਾਸ ਦੀ ਪਰਤੀਆਂ ਹਾਸਲ ਕਰਾ ਕਰਨੀਆਂ ਵਿਦੇਸ਼ ਮੰਤਰੀ ਉਹਨਿਆਖਿਆ ਜੇ ਦਫਤਰ 370 ਦੇ ਕਾਰਨ ਨਾ ਚੜਾ ਮੁਲਕਿਆ ਦੇ ਅੰਦਰ ਸਗੋਂ ਵਿਦੇਸ਼ ਨੀਤੀ ਚ ਕਈ ਚਾਲੀ ਦੇ दिक्कत पैदा हे जि खत्म करने भारत की कई दाके लगी गए के, पर आखिरकार कामयाबी हासिल करी गई है मौसम विभाग ने पंजाब हरियाणा चंडीगढ़ दिल्ली ते राजस्थान च अगले दं दिन दौरान बड़े मत सीत की पेषगोई की विभाग मुजब इन राज्य के केन्द्र शासित प्रदेशों घो तापमान छ षा नौ डिग्री सेल्सियस मझाटे रही हो ਇਤੇ ਲਾਵਾ ਅਗਲੇ 10 ਦਿਨਾਂ ਦਰਾਨ ਉੱਤਰ ਪੱਛਮੀ ਭਾਰਤ ਦੇ ਇਲਾਕਿਆਂ ਚ ਕਨੇਥਮਾ ਬੜਾ ਮਤਾ ਕਨਾ ਕੋਰਾ ਜਾਰੀ ਰਹੁਣ ਦੀ ਵੀ ਪੇਸ਼ਕੋਈ ਕੀਤੀ ਗਈ ਹੈ ਤੇ ਉਹਦੇ ਪ੍ਰੰਤ ਇਹਦੇ ਚ ਕਿਛ ਸੁਧਾਰ ਦਰਜ ਕੀਤਾ ਜਾਗ ਮੌਸਮ ਵਿਭਾਗ ਨੇ ਤਾਮਿਲਨਾਡੂ ਕੇਰਲ ਤੇ ਲਕਸ਼ ਦਵੀਪ ਚ ਅਗਲੇ 4-5 ਦਿਨਾਂ ਦਰਾਨ ਕਿਸ਼ਥਾਰੇ ਪਰ ਆਉਲੀ ਥਮਾ ਦਰਮਿਆਨ ਨੇ ਦਰਜੇ ਦੀ ਬਰਖਾ ਦੇ ਅਸਰ ਵੀ ਜਤਾਇਨ ਵਿਭਾਗ ਨੇ ਆਖਿਆ ਜੇ ਅੰਦੇ ਸੰਗਾਰਿਤਮਾ ਰਾਜਸਥਾਨ ਤੇ ਪੱਛਮੀ ਮੱਧ ਪ੍ਰਦੇਸ਼ ਚ ਗਰਜ ਚਮਕ ਕੰਨੇ ਬਰਖਾ ਵਰਨੇ ਤੇ ਐਨ ਗੜਾ ਪਾਉਣੇ ਦੇ ਵੀ ਆਸਾਰ ਨਾ ਭਾਰਤੀ ਨੌਜੰਦਾ ਨੇ ਸੋਮਾਲੀਆ ਦੇ ਸਮੁੰਦਰੀ ਕੰਡੇ ਦੇ ਨੇੜੇ ਅਗਵਾ ਕੀਤੇ ਗਏ ਮਾਲ ਵਾਹਕ ਜਹਾਜ਼ ਐਮ ਵੀ ਲੀਲਾ ਨੌਰਫੋਕ ਦੇ ਚਾਲਕ ਤਲ ਦੇ 21 ਸਦ ਸਿੰਘ ਦੀ ਸੁਰੱਖਿਤ ਬਚਾਈ ਲਤਾ ਇੰਦੇ ਚ 15 ਭਾਰਤੀ ਵਸਨੀਕ ਸ਼ਾਮਲ ਨਾ नौसेना ने जंदे वीरवारे इस मालवाहक जहाज की अगवा किए जाने की सारथ थोनें पर्यंत इसे बचा ले अपने युद्धपोत आईएनएस चेन्नई गिरवाना किया है नौसेना की कमांडो ने इस गलती तसदीक की थी जे इस मालवाहक जहाज च उन कोई अपहरणकर्ता नहीं है कटनाते बेले आईएनएस चेन्नई समुद्री लुटेरे थमा बचा ले गश्ती अभियान पर तैनात था एमवी लीला की अगवा किए जाने की जानकारी برطانیہ दे समुद्री व्यापार संगठन ने दी थी यह संगठन महत्वपूर्ण मार्गे पर समुद्री जहजे की आज पर त रख प्रधानमंत्री नरेन्द्र मोदी होहुल हुंद गाय राम भजन की बड़ी मराहना की अपने एक सोशल मीडिया पोस्ट प्रधानमंत्री होरें राम आयें भजन की सझा करते हुए आख भजन जेड़ा कोई भी एक बार सुनगो चे ए भजन लम्मे अरसे तोहर रचे बसे री आए ਅਕੀਏ ਅਥਰੂਪਰੋ ਚਜਨ ਦਿਨ ਤੇ ਮਨਾਂ ਚ ਜਜ਼ਬਾਤਾਂ ਦੀਆਂ ਲਹਿਰਾਂ ਦੇ ਛਲ ਉਚਾਈਆਂ ਛੂਣ ਲੱਗਦੇ ਨਾ ਗਣਤੰਤਰ ਦਿਵਸ ਸਮਾਰੋਹ ਨਾਲ ਜੁੜੇ ਦੇ ਪ੍ਰੋਜੈਕਟ ਵੀਰ ਗਾਥਾ ਦੇ ਤ੍ਰਿਏ ਸੰਸਕਰਣ ਕੀ ਮੁਲਕ ਪਰ ਅੱਜ ਬੜਾ ਮਤਾ ਸਹਿਯੋਗ ਤੇ ਸਮਰਥਨ ਧੁਗਾ ਰੱਖਿਆ ਮੰਤਰਾਲੇ ਮੁਜਬ ਇਸ ਪੈਲ ਚ ਲਗਭਗ 2 ਲੱਖ 43 ਹਜ਼ਾਰ ਸਕੂਲ ਲੰਦੇ ਕੋਈ 1 ਕਰੋੜ 37 ਲੱਖ ਵਿਦਿਆਰਥੀਆਂ ਸ਼ਿਰਕਤ ਕੀਤੀ ਹੈ ਇਨੇ ਵਿਦਿਆਰਥੀਆਂ ਚ ਰਾਸ਼ਟਰੀ ਸਤਰ ਪਰ 100 ਚੇਤੂਆਂ ਦੀ ਧਾਲ ਕੀਤੀ ਜਾ ਕਰਦੀ ਹੈ ਅਰੇ ਜੇਤੂ ਕੀ 10000 ਰੁਪਏ ਦਿੱਤ ਜਾੰਗਨ ਤੇ ਇਸ ਬਾਰੇ ਕਰਤੱਵ ਪੱਤ ਪਰ ਗਣਤੰਤਰ ਦਿਵਸ ਦੀ ਪ੍ਰੇਡਗੀ ਚੇਚੇ ਪ੍ਰਾਉਣੇ ਦੇ ਤੌਰ 'ਤੇ ਦਿਖਨੇ ਦਾ ਉਹਨੇ ਕੀ ਮੌਕਾ ਵੀ ਥੋਗਾ ਸਰਕਾਰ ਨੇ ਪ੍ਰੋਜੈਕਟ ਵੀਰ ਗਾਥਾ ਦੀ ਸ਼ੁਰੂਆਤ ਆਜ਼ਾਦੀ ਦੇ 75ਵੇਂ ਬਰੇਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤੇ ਦਰਾਂ ਕੀਤੀ ਕੀ ਇਹ ਦਾ ਉਦੇਸ਼ ਵਿਦਿਆਰਥੀਆਂ ਚ ਵੀਰਤਾ ਪੁਰਸਕਾਰ ਜਿੱਤਣ ਵਾਲੀਆਂ ਦੀਆਂ ਵੀਰਗਾਥਾਂ ਦਾ ਪ੍ਰਸਾਰ ਕਰਨਾ ਤਾਂ ਜੇ ਦੇਸ਼ ਭਗਤੀ ਦੀ ਭਾਵਨਾ ਕੀ ਔਰ ਬਲ ਥੋਈ ਸਕੇ ਲੈਫਟਨੈਂਟ ਗਵਰਨਰ ਮਨੋਜ ਸਿਨਾ ਹੋਰੇ ਆਖਿਆ ਜੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਬਿਜਲੀ ਦੀ ਕੋਈ ਕਮੀ ਨਹੀਂ ਹੈ ਤੇ ਬਿਜਲੀ ਦੀ ਸਪਲਾਈ ਪਰ ਉਹ ਰੋਜ਼ਾ ਦੇ ਰੋਜ਼ ਆਪੂੰ ਤੱਕ ਰੱਖਾ ਕਰਦੇ ਨੇ ਤੇ ਸ਼੍ਰੀਨਗਰ ਬਾਕੀ ਮੁਲਕਾਂ ਲਈ ਇੱਕ ਆਦਰਸ਼ ਮਿਸਾਲ ਦੇ ਰੂਪ ਵਿੱਚ ਉਭਰੀਏ ਸਾਹਮਣੇ ਆਇਆ ਹੈ ਅੱਜ ਸ਼੍ਰੀਨਗਰ ਚ ਇੱਕ ਕਾਰਜਕ੍ਰਮ ਦੀ ਸੰਬੋਧਿਤ ਕਰਦੀ ਹੋਈ ਐਲਜੀਓ ਨੇ ਆਖਿਆ ਜੇ ਹਰ ਰੋਜ਼ ਸ਼ਾਮੀ ਉਹ ਆਪੂੰ ਜੰਮੂ ਕਸ਼ਮੀਰ ਚ ਬਿਜਲੀ ਦੀ ਸਪਲਾਈ ਦੀ ਸਥਿਤੀ ਦਾ ਜਾਇਜ਼ਾ ਲੈ ਕਰਦੇ ਨੇ ਉਨਡਸਿਆ ਚ ਪਕੋਨੇ ਦਾ ਖਰਾਬ ਹੋਣੇ ਵਾਲੇ ਬਿਜਲੀ ਦੇ ਟਰਾਂਸਫਾਰਮਰਾਂ ਗੀ 24 ਘੰਟਿਆਂ ਦੇ ਅੰਦਰ ਅੰਦਰ ਮਰਮਮਤ ਕਰੀਏ ਠੀਕ ਕੀਤਾ ਜਾਰਦਾ ਤੇ ਜੰਮੂ ਕਸ਼ਮੀਰ ਚ ਬਿਜਲੀ ਦੀ ਕੋਈ ਕਮੀ ਨਹੀਂ ਹੈ। ਭਾਜਪਾ ਦੇ ਜੰਮੂ ਕਸ਼ਮੀਰ ਦੇ ਉਪ ਪ੍ਰਧਾਨ ਪਵਨ ਖਜੂਰੀਆ ਉਨ ਦੀ ਅਗਵਾਈ ਚ ਪਾਰਟੀ ਦਾ ਇੱਕ ਸਿਸ਼ਟ ਮੰਡਲ ਅੱਜ ਉਦਮਪੁਰ ਚ ਡਾਇਰੈਕਟਰ ਰੇਲਵੇਜ਼ ਜੰਮੂ ਪ੍ਰਤੀਕ ਸ਼੍ਰੀ ਵਾਸਤਵ ਉਨ ਗੀ ਜੈ ਮਿਲਿਆ ਤੇ ਉਦਮਪੁਰ ਰੇਲਵੇ ਸਟੇਸ਼ਨ ਕਰਨੇ ਜੁੜੇ ਦੇ ਕਈ ਮੱਤਵਪੂਰਨ ਮੁੱਦੇ ਬਾਰੇ ਉਨ ਦੇ ਕਰਨੇ ਗੱਲਬਾਤ ਕੀਤੀ। ਭ੍ਰਸ਼ਟਚਾਲ ਚਾਂਚ ਏਜੰਸੀਆਂ ਨੇ ਇਹਨੇ ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਸੰਗਠਿਤ ਅਪਰਾਧ ਤੇ ਅਤੰਕਵਾਦੀ ਗੁੱਟਕਾਂ ਦੇ ਜੁੜੇ ਦੇ ਸਦਸਿਆਂ ਦੀ ਚਾਰ ਸੰਪਤੀਆਂ ਕਿ ਜ਼ਬਤ ਕਰੀ ਲਟੈਂ ਐਨਆਈਏ ਪਾਸੇ ਆਪ ਜਾਰੀ ਬਿਆਨ ਦੇ ਮਤਾਬਕ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਸਰਬੰਦੀ ਕਾਨੂੰਨ 1967 ਦੇ ਪ੍ਰਾਵਧਾਨੇ ਤਹਿਤ ਅਰਿਆਨਾ ਤੇ ਪੰਜਾਬ ਚ ਐਨਆਈਏ ਦੀ ਟੀਮ ਨੇ ਦੇ ਸੰਗਠਿਤ ਛਾਪੇ ਚ ਤ੍ਰਹ ਅਚਲ ਤੇ ਇੱਕ ਚਲ ਸੰਪਤੀ ਕਿ ਜ਼ਬਤ ਕੀਤਾ ਗਿਆ ਐਨਆਈਏ ਨੇ ਦਿਖਾਇਆ ਜੇ ਅਤੰਕਵਾਦ ਕਰਨ ਜੁੜੀ ਦੀਆਂ ਸਾਜ਼ਿਸ਼ਾਂ ਰਚਣੇ ਤੇ ਗੰਬੀਰ ਅਪਰਾਧਾਂ ਕੀ ਅੰਜਾਮ ਦੇਣ ਲਈ ਇਹਨੇ ਸੰਪਤੀਆਂ ਦਾ ਇਸਤੇਮਾਲ ਕੀਤਾ ਗਿਆ ਹੈ ਐਨਆਈਏ ਨੇ ਅਗਸਤ 2022 ਚ ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਅਪਰਾਧਿਕ ਗਿਰੋ ਤੇ ਉਹਦੇ ਸਹਿਯੋਗੀਆਂ ਖਿਲਾਫ ਗੈਰਕਾਨੂੰਨੀ ਗਤੀਵਿਧੀਆਂ ਦੀ ਰੋਕத் थाम ਸਰਬੰਦੀ ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਐਨਆਈਏ ਦੀ ਜਾਂਚ ਤੋਂ ਪਤਾ ਲੱਗਿਆ ਹੈ ਜੇ ਬਿਸ਼ਨੋਈ ਦੇ ਗਿਰੋ ਨੇ ਦੇਸ਼ ਦੇ ਕਈ ਰਾਜਾਂ ਚ ਆਪਣੇ ਅਪਰਾਧਿਕ ਮਾਫੀਆ ਨੈੱਟਵਰਕ ਨੂੰ ਫੈਲਾਇ ਲੱਤੇਦਾ ਇਕ ਖਬਰਾਂ ਤੋਂ ਆਕਾਸ਼ਵਾਣੀ ਪ੍ਰਾ ਸੁਨਾਰਤੀਓ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦੁੰਦੇ ਨੇਤ੍ਰਿਤਵ ਚ ਇੱਕ ਰਾਸ਼ਟਰ ਇੱਕ ਚੋਣ ਸਰਬੰਧੀ ਕਮੇਟੀ ਨੇ ਦੇਸ਼ਾ ਚ ਕਿੱਥੇ ਚੋਣ ਕਰਵਾਉਣੇ ਲਈ ਮੌਜੂਦਾ ਕਾਨੂੰਨੀ ਢਾਂਚੇ ਚ ਲੋੜਛ ਦੀ ਤਬਦੀਲੀਆਂ ਕਰਨੇ ਵਾਸਤੇ ਲੋਕਾਂ ਤੋਂ ਸੁਝਾਅ ਮੰਗੇਨ ਇੱਕ ਸਰਵਜਨਿਕ ਸੂਚਨਾ ਚ ਇਸ ਉੱਚ ਸਤਰੀ ਕਮੇਟੀ ਨੇ ਆਖਿਆ ਜੇ 15 ਜਨਵਰੀ ਤੱਕ ਅਸਲ ਸੁਝਾਅੇ ਪਰ ਵਿਚਾਰ ਕੀਤਾ ਜਾਗ ਪਿਛਲੇ ਪਰੇ ਸਤੰਬਰ ਚ ਖਡੇਰੀਕੇ ਦੀ ਇਸ ਕਮੇਟੀ ਦੀਆਂ ਦੋਵਾਂ ਬੈਠਕਾਂ ਲੱਗ ਚੁਕੀਆਂ। ਕਮੇਟੀ ਨੇ ਮੁਲਖਿਆ ਚ ਕੰਨੋਕੰਨੀ ਚੋਣਾਂ ਕਰਵਾਉਣ ਦੇ ਵਿਚਾਰ ਪਰ ਆਪਸੀ ਸਹਿਮਤੀ ਦੀ ਤਾਰੀਖ ਦੇ ਬਾਰੇ ਚ ਵਿਚਾਰ-ਵਿਮਰਸ਼ ਲਈ ਹਾਲਜਕ ਹੈ। ਸਿਆਸੀ ਪਾਰਟੀਆਂ ਗਿ ਚਿੱਠੀ ਵੀ ਲਿਖੀ। ਕਮੇਟੀ ਨੇ ਇਸ ਬਾਰੇ ਚ ਸਿਆਸੀ ਪਾਰਟੀਆਂ ਗਿ ਚੇਤਾ ਵੀ ਕਰਵਾਇਆ ਹੈ। 7 ਰਾਸ਼ਟਰੀ ਦਲੇ, 33 ਇਲਾਕਾਈ ਦਲੇ ਤੇ 7 ਪੰਜੀਕ੍ਰਿਤ ਗੈਰ-ਮਾਨਤਾ ਅਸਲ ਦਲੇ ਗੀ ਇਹ ਚਿੱਠੀਆਂ ਭੇਜੀਆਂ ਗਈਆਂ। ਕਮੇਟੀ ਨੇ ਕਿੱਥੇ ਚੋਣਾਂ ਕਰਵਾਉਣੇ ਦੇ ਮੁੱਦੇ 'ਤੇ ਵਿਧੀ ਆਯੋਗ ਦੀ ਰਾਏ ਵੀ ਲੈਂਦੀ ਹੈ ਇਸ ਬਾਰੇ ਚ ਵਿਧੀ ਆਯੋਗ ਕੰਨੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਸ਼ੁੱਕਰਵਾਰ ਰਾਤੀ 295 ਉਪਦਰਵੀਏ ਬੀਨਾਪੋਲ ਐਕਸਪ੍ਰੈਸ ਰੇਲ ਗੱਡੀ 'ਚ ਅੱਗ ਲਾ ਦਿੱਤੀ ਜਿਸ ਦੇ ਕਰੀ ਘੱਟ ਛਕੜ 4 ਜਣੇ ਦੀ ਮੌਤ ਹੋਈ ਗਈ ਤੇ ਹੋਰ ਕਈ ਲੋਕ ਜ਼ਖਮੀ ਹੋਏਗੇ ਢਾਕਾ ਚਾਰਦੀ ਇਸ ਰੇਲ ਗੱਡੀ ਦੀ 4 ਬੋਗੀਆਂ 'ਚ ਕਮਾਲਪੁਰ ਰੇਲਵੇ ਸਟੇਸ਼ਨ 'ਚ ਠੀਕ ਪਹਿਲੇ ਗੋਪੀਵਾਗ ਰੇਲਵੇ ਸਟੇਸ਼ਨ ਉੱਪਰ ਅੱਗ ਲਾਈ ਦਿੱਤੀ ਗਈ। ਆਤਿਛ ਜਮਰੂਣੀਆਂ ਵਾਲੇ ਦੀ ਪਛਾਣ ਜਾਰੀ ਹੈ। ਬੰਗਲਾਦੇਸ਼ 'ਚ ਕੱਲ ਚੋਣ ਪ੍ਰਚਾਰ ਸਮਾਪਤ ਹੋਈ ਗਿਆ ਹੈ। ਬੰਗਲਾਦੇਸ਼ 'ਚ 7 ਜਨਵਰੀ ਦੀ ਰਾਸ਼ਟਰੀ ਚੋਣ ਜਾਰ ਦਿਨ ਇਸ ਚੋਣ 'ਚ 11 ਕਰੋੜ 9 ਲੱਖ ਮਤਦਾਤਾ 377 ਮੇਦਵਾਰੇ ਦੇ ਪਾਕ ਦਾ ਫੈਸਲਾ ਕਰਨਗੇ। ਬੰਗਲਾਦੇਸ਼ ਨਰਵਾਚਨ ਆਯੋਗ ਨੇ ਉੱਚ ਨਿਆਂਇਲਾ ਦੇ ਹੁਕਮ ਅਗਰਾ ਬੁੱਧਵਾਰੇ 77 ਲੋਕਾਂ ਦੀ ਮੇਦਵਾਰੀ ਬਾਲ ਕਰ ਦਿੱਤੀ ਹੈ। ਉਨ ਮੇਦਵਾਰਾਂ ਦੀ ਗੁੱਲਗਿੰਦਰੀ 1977 ਹੋਈ ਗਈ ਹੈ 18 ਕਰੋੜ ਦੀ ਆਬਾਦੀ ਵਾਲੇ ਇਸ ਦੇਸ਼ਾ ਚ 360 ਸੰਤ ਦੇ ਤੇ ਅਗਲੀ ਸਰਕਾਰ ਲਈ ਚੁਣਾ ਹੋਗਾ ਸੱਤਾਧਾਰੀ ਪਾਰਟੀ ਆਵਾਮੀ ਲੀਗ ਆਪਣੇ 4ਵੇਂ ਕਾਰਜਕਾਲ ਲਈ 268 ਸੀਟਾਂ ਪਰ ਚੋਣਾਂ ਲੜਦੀ ਹੈ ਸ਼ੇਖ ਸਿਨਾਉਨ ਦੇ ਨੇਤ੍ਰਿਤਵ ਵਾਲੀ ਆਵਾਮੀ ਲੀਗ 2009 ਤੋਂ ਸੱਤਾ ਪਰ ਕਾਬਜ਼ ਹੈ ਸੰਸਦੀ ਮੁੱਖ ਵਿਰੋਧੀ ਪਾਰਟੀ ਜਾਤੀਏ ਪਾਰਟੀ ਜੀਪੀ ਨੇ ਇਸ ਚੋਣਾਂ ਚ 265 ਮੇਦਵਾਰਾਂ ਕੀ ਚੋਣ ਮੈਦਾਨ ਚ ਤਿਆਰੀ ਹੈ ਮਹਿਲਾ ਮੀਤਵਾਰਿੰਦੀ ਕਿੰਤਰੀ 90 ਹੈ ਜਦਕਿ ਧਾਰਮਿਕ ਤੇ ਜਾਤੀਆ ਅਲਪ ਸੰਖਿਆਕਿੰਦੇ 나ਸੀ ਮੀਤਵਾਰ ਚੋਣ ਮੈਦਾਨ ਚ ਤਵਾਰੇ ਦੇ ਦਿਨ ਲੈਫਟੇਨੈਂਟ ਗਵਰਨਰ ਮਨੋਤ ਸਿਨਾਉਰ ਨੇ ਆਖਿਆ ਜੇ ਵਿਕਸਿਤ ਭਾਰਤ ਸੰਕਲਪ ਯਾਤਰਾ ਨੇ ਸਮਾਜ ਦੇ ਗਰੀਬ ਵਰਗ ਚ ਆਤਮ ਵਿਸ਼ਵਾਸ ਦੀ ਪਾਪਨਾ ਪੈਦਾ ਕੀਤੀ ਹੈ ਅਜਿਸ਼ਟਰ ਨਗਰ ਚ ਵਿਕਸਿਤ ਭਾਰਤ ਸੰਕਲਪ ਯਾਤਰਾ ਚ ਮੌਜੂਦ ਐਲਜੀਓ ਨੇ ਕਿਹਾ ਆ ਜੇ ਲੋਕਾਂ ਦਾ ਬਦੀ ਚੜ੍ਹੀਏ ਇਸ ਯਾਤਰਾ ਚ ਹਿੱਸਾ ਲੈਣਾ ਇਸੀ ਔਰ ਮਜ਼ਬੂਤੀ ਦੇ ਅਰਥ ਹੈ ਤੇ ਵਿਕਸਿਤ ਭਾਰਤ ਸੰਕਲਪ ਯਾਤਰਾ ਰਾਹੀਂ ਲੋਕ ਸਰਕਾਰ ਦੀਆਂ ਬਖ ਬਖ ਯੋਜਨਾਵਾਂ ਬਾਰੇ ਜਾਣਕਾਰ ਹੋਰਨ ਤੇ ਉਹਨਦੇ ਥਮਾ ਲਾਭ ਵੀ ਹਾਸਲ ਕਰਾ ਕਰ ਦੇਣਾ ਐਲਜੀਓ ਰਿਆ ਕਿ ਆ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਚ ਬਖ ਬਖ ਕਲਿਆਣਕਾਰੀ ਸਕੀਮਾਂ ਤੇ ਸਭਨੇ ਖੇਤਰਾਂ ਚ ਉਹਦੇ ਵਿਕਾਸ ਕਰੀ ਹਰ ਇੱਕ ਮਾਨੂ ਦੇ ਜੀਵਨ ਚ ਸਕਾਰਾਤਮਕ ਬਦਲਾਵ ਆਇਆ ਹੈ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਤੇ ਅਲਪ ਸੰਖਿਅਕ ਮਾਮਲਿਆਂ ਦੀ ਮੰਤਰੀ ਸਮ੍ਰਿਤੀ ਜ਼ੁਬੇਨ ਇਰਾਨੀ ਹੋਰ ਕੱਲ ਦੋ ਦਿਨਾਂ ਦੇ ਦੌਰੇ ਪਰ ਸਾਊਦੀ ਅਰਬ ਰਵਾਨਾ ਹੋਣਗੇ ਵਿਦੇਸ਼ ਤੇ ਸੰਸਦੀ ਕਾਰਜ ਮੰਤਰੀ ਵੀ ਮੁਰਲੀਧਰਨ ਹੋਰ ਵੀ ਉਹਦੇ ਕੰਨੇ ਜਾਣਗੇ ਸ਼੍ਰੀਮਤੀ ਇਰਾਨੀ ਹੋਰ ਜੱਧਾ ਚ ਤਪੱਕੀ ਅੱਜ ਸਮਝੌਤੇ ਪਰ ਦਸਤਖਤ ਕਰਨ ਲਈ ਇੱਕ ਸ਼ਿਸ਼ਟ ਮੰਡਲ ਦੀ ਅਗਵਾਈ ਕਰਾ ਕਰਦੀਆਂ ਇਸ ਦੌਰਾਨ ਸ਼੍ਰੀਮਤੀ ਇਰਾਨੀ ਹੋਰ ਸਾਊਦੀ ਅਰਬ ਦੇ ਹਜ ਤੇ ਉਮਰਾਹ ਮੰਤਰੀ ਡਾਕਟਰ ਤੌਫੀਕ ਬਿਨ ਫੌਜਾਨ ਅਲ ਰਬੀਆਂ ਦੇ ਕੰਨੇ ਤਪੱਕੀ ਬੈਠਕ ਵੀ ਕਰਨਗੇ ਇਸ ਦਰਨ ਆਪਸੀ ਇਤੇ ਤੇ ਇਸ ਬਰੇਵਿਓ ਨਿਆਲੇ ਹਰਜ ਕਰਨੇ ਜੁੜੇ ਦੇ ਮੁੱਦੇ ਪਰ ਵਿਚਾਰ ਪਟਾੰਦਰਾ ਕੀਤਾ ਜਾਣਾ ਹੈ। ਜਾਪਾਨ ਦੇ ਅਧਿਕਾਰੀਆਂ ਦੱਸਿਆ ਜੇ ਪੁੰਚਾਲ ਕ੍ਰਿ ਮਰੋਨੀਆ ਲਿੰ ਦੀ ਕਿੰਤਰੀ 126 ਤੱਕ ਅਗਰ ਪੁੱਜੀ ਗਈ ਹੈ ਤੇ 200 ਸ਼ਬਦ ਲੋਕ ਅਜੇ ਵੀ ਲਾਪਤਾ ਹਨ। ਮੱਧ ਜਾਪਾਨ ਦੇ ਇਸੀ ਕਾਵਚ ਸ਼ਿੰਗਾਰਿਆਂ 7.6 ਦੀ ਵਿਰਤਾ ਦਾ ਪੁੰਚਾਲ ਆਇਆ ਖਾ। ਜਾਪਾਨ ਚ ਰਾਤ ਤੇ ਬਚਾਅ ਦਲ ਲੋਕਾਂ ਕੀ ਬਚਾਣੇ ਤੇ ਰਾਤ ਪਹਚਾਣੇ ਲਈ ਹੈਲੀਕਾਪਟਰ ਦਾ ਇਸਤੇਮਾਲ ਕਰਾਰ ਦਿਨ। ਪੁੰਚਾਲ ਕ੍ਰਿ ਮਤੀਸ਼ਾਰੀ ਛੜਕਾ ਤੇ ਰਸਤੇ ਤਬਾਹ ਹੋਏ ਕੇ ਦਿਨ ਤੇ ਬਸਤੀਆਂ ਤੱਕ ਰਜਾਨਾ ਵੀ सूचना प्रसारण मंत्रालय ने प्रेस पत्रिका पंजीकरण नियम बीस सौ चौबी म मसौदे बारे रंगे इतधारक आम लोग अगले महीने की चार तरीक तोड़ी अमरेन्द्र डॉट सिंह एट एनआईसी डॉट आईएन पर ईमेल भेजिए अपनी राय सुझाव दे हैं मसौदा नियम मुजब प्रकाशक अखबार के प्रकाशन अड़ताली घंटे अंदर अखबार का इलेक्ट्रानिक संस्करण प्रेस सेवा पोर्टल पर अपलोड कर ਮਰਦਾਂ ਦੀ ਅੰਡਰ 19 ਕ੍ਰਿਕਟ ਚ ਭਾਰਤ ਨੇ ਦੱਖਣੀ ਅਫਰੀਕਾ ਅਸਿਆ ਦਿੱਤੇਗੇ ਦੇ 257 ਰਨਾਂ ਦੇ ਲਕਸ਼ ਦਾ ਪਿੱਛਾ ਕਰਦੀ ਹੋਈ 23 ਓਵਰਾਂ ਚ ਤ੍ਰਾਂ ਵਿਕਟਾਂ ਦੇ ਨੁਕਸਾਨ ਪਰ 109 ਰੰਸ ਬਣਾਈ ਲਾਤੇ ਦਿਨ। ਇਹ ਦਿਸ਼ਾ ਪਹਿਲੇ ਦੱਖਣੀ ਅਫਰੀਕਾ ਦੀ ਟੀਮ ਤਹਿ 556 ਰੰਸ ਕੈ ਬਣਾਈ ਸਕੀ ਹੀ। ਭਾਰਤ ਦੀ ਤਰਫਾ ਮਸ਼ੀਰ ਖਾਨ ਨੇ 5 ਤੇ ਨਮਨ Tiwari ਨੇ 3 ਵਿਕਟਾਂ ਲਿਆਤੀਆਂ। ਤ੍ਰਾਂ ਮੁਲਕਾਂ ਦੀ ਸ਼੍ਰੇਣਕਲਾ ਦੇ ਫਾਈਨਲ ਚ ਭਾਰਤ ਨੇ ਪਹਿਲੇ ਗਿਆ ਆਪਣੀ ਥਾਰ ਪੱਕੀ ਕਰ ਹੀ ਲਾਤੀ ਦੀ ਹੈ। अखिराच खास खास खबरें एक बार ही पीस सुनिलाओ जयपुर जारी पुलिस के दे महानिदेशक एवं दे महान निरीक्षक के कुलपार्थी सम्मेलन च पुलिस बलंदे कामकाज ते अंदरूनी सुरक्षाले कई मामले पर चर्चा की ती जा कर दी गय इसरो ने भारत दे पहले सौर मिशन आदित्य एल1 की अपनी मंज़िल तक गपचाई ग आज इतिहास रच दिता है राष्ट्रपति ते प्रधानमंत्रीयो ने इस उपलब्धि ले इसरो दे साइंटिडाने की मुबारकबाद दीती है ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਰਾਜਸਥਾਨ ਚ ਅਗਲੇ 2 ਦਿਨਾਂ ਦੌਰਾਨ ਬੜਾ ਮੱਧਾ ਸੀਤ ਪੌਣ ਦੀ ਪੇਸ਼ਕੋਈ ਕੀਤੀ ਹੈ। ਭਾਰਤੀ ਨੌਜੰਹਾਨ ਨੇ ਸੋਮਾਲੀਆ ਦੇ ਸਮੁੰਦਰੀ ਕੰਡੇ ਦੇ ਨੇੜੇ ਅਗਵਾ ਹੋਏ ਦੇ ਮਾਲਵਾਹਕ ਜਹਾਜ਼ ਦੇ ਚਾਲਕ ਦਲ ਦੇ 21 ਸਦਸੀਆਂ ਦੀ ਸੁਰੱਖਿਅਤ ਬਚਾਈ ਲਿਆ ਹੈ। ਇਕ ਰਾਸ਼ਟ ਇੱਕ ਚੋਣ ਸਰਬੰਧੀ ਕਮੇਟੀ ਨੇ ਦੇਸ਼ ਵਿੱਚ ਕਿੱਥੇ ਚੋਣ ਕਰਵਾਉਣੇ ਲਈ ਮੌਜੂਦਾ ਕਾਨੂੰਨੀ ਟਾਂਜ ਵਿੱਚ ਲੋੜੀਂਦੀ ਤਬਦੀਲੀਆਂ ਕਰਨ ਲਈ ਲੋਕਾਂ ਤੋਂ ਸੁਝਾਅ ਮੰਗੇ ਹਨ ਤੇ ਮਰਦਾਂ ਦੇ ਅੰਡਰ 19 ਕ੍ਰਿਕਟ ਵਿੱਚ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਜੋਹਾਨਸਬਰਗ 'ਚ ਰੋਮਾਂਚਕ ਮੁਕਾਬਲਾ ਚੱਲ ਰਿਹਾ ਹੈ ਖਬਰਾਂ ਦੇ ਇਸ ਬੁਲਟਨ 'ਚ ਬਸ ਇੰਨਾ ਗਏ